ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬੀਤੇ ਦਿਨੀ ਮਲੋਟ ਵਿਖੇ ਕਿਸਾਨ ਧੰਨਵਾਦ ਰੈਲੀ ਦੌਰਾਨ ਦੂਰੋਂ ਦੂਰੋਂ ਲੋਕਾਂ ਦਾ ਇਕੱਠ ਹੋਇਆ, ਜਿਸ ਨੂੰ ਸੁਣਨ ਲਈ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਪਰ ਇਸ ਸਮੇਂ ਆਏ ਹੋਏ ਲੋਕਾਂ ਨੂੰ ਵਧੀਆ ਖਾਣਾ ਨਾ ਮਿਲਣ ਕਾਰਨ ਸੁੱਟਣਾ ਪਿਆ, ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਚੈਕਿੰਗ ਟੀਮ ਨੇ ਖਾਣੇ, ਸਬਜ਼ੀ ਅਤੇ ਪਾਣੀ ਦੀਆਂ ਬੋਤਲਾਂ, ਪਾਊਚ ਆਦਿ ਦੇ ਸੈਂਪਲ ਭਰੇ, ਜਿਨ੍ਹਾਂ ਨੂੰ ਸੀਲ ਕਰਕੇ ਭੇਜਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਚੈਕਿੰਗ ਅਧਿਕਾਰੀ ਨੇ ਦੱਸਿਆ, ਮਲੋਟ ਵਿਖੇ ਮੋਦੀ ਦੀ ਰੈਲੀ ਵਿੱਚ ਡਿਊਟੀ ਲੱਗੀ ਸੀ। ਉਨ੍ਹਾਂ ਦੱਸਿਆ ਕਿ ਪਬਲਿਕ ਨੂੰ ਜੋ ਪਾਣੀ ਦਿੱਤਾ ਜਾ ਰਿਹਾ ਸੀ, ਉਨ੍ਹਾਂ ਪਾਣੀ ਵਾਲੇ ਪਾਊਚਾਂ ਅਤੇ ਬੋਤਲਾਂ ਤੇ ਕੋਈ ਮੈਨੂਫੈਕਚਰਿੰਗ ਡੇਟ ਨਹੀਂ ਸੀ, ਅਤੇ ਜੋ ਪਬਲਿਕ ਨੂੰ ਲੰਗਰ ਵੀ ਵਰਤਾਇਆ ਗਿਆ ਸੀ ਉਹ ਵੀ ਲੋਕ ਸੁੱਟ ਰਹੇ ਸਨ। ਜਦਕਿ ਪਬਲਿਕ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਲੰਗਰ ਦੀ ਸਬਜ਼ੀ ਖੱਟੀ ਹੈ, ਜਿਸ ਕਾਰਨ ਲੋਕਾਂ ਨੇ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਨੇ ਸਬਜ਼ੀ, ਲੰਗਰ ਅਤੇ ਪਾਣੀ ਦੇ ਸੈਂਪਲ ਭਰ ਕੇ ਸੀਲ ਕੀਤੇ ਹਨ ਅਤੇ ਜਿਨ੍ਹਾਂ ਨੂੰ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਮੁਕਤਸਰ ਤੋਂ ਬਣ ਕੇ ਆਇਆ ਸੀ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੇ ਮੁਕਤਸਰ ਦੇ ਪ੍ਰਸ਼ਾਸਨ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ। ਇਹ ਸਾਡੇ ਨਾਲ ਲੰਗਰ ਵਾਸਤੇ ਡਿਊਟੀ ਲੱਗੀ ਸੀਗੀ ਮੋਦੀ ਸਾਹਿਬ ਦੀ ਰੈਲੀ ਦੇ ਵਿੱਚ, ਉੱਥੇ ਲੰਗਰ ਜਿਹੜਾ ਅਸੀਂ ਪਬਲਿਕ ਨੂੰ ਵਰਤਾਉਣਾ, ਉੱਥੇ ਉਹਦੀ ਚੈਕਿੰਗ ਕਰਨੀ ਸੀਗੀ। ਉਸ ਟਾਈਮ 'ਤੇ ਜੋ ਚੈਕਿੰਗ ਦੌਰਾਨ ਅਸੀਂ ਵੇਖਿਆ ਵੀ ਆਹ ਜਿਹੜੇ ਜਿੰਨਾ ਪਾਣੀ ਸੀਗਾ ਇਹ ਜਿਹੜਾ ਵਰਤਾ ਰਹੇ ਸੀਗੇ ਉੱਥੇ ਲੰਗਰ ਦੇ ਵਿੱਚ, ਉਹਨਾਂ 'ਤੇ ਕੋਈ ਡੇਟ ਨਹੀਂ ਸੀ, ਕੋਈ ਬੈਚ ਨੰਬਰ ਨਹੀਂ ਸੀਗਾ, ਅਤੇ ਪਲੱਸ ਇੱਕ ਆਹ ਛੋਟੇ ਪਾਊਚ ਸੀਗੇ ਇਸ ਤਰ੍ਹਾਂ ਦੇ ਦਿੱਲੀ ਦੀ ਮੈਨੂਫੈਕਚਰਿੰਗ ਆ, ਇਹਦੇ ਵਿੱਚ ਵੀ ਕੋਈ ਡੇਟ ਨਹੀਂ ਸੀਗਾ, ਟਾਈਮ ਸੀ, ਮਤਲਬ ਕੋਈ ਨਹੀਂ ਆ ਗਿਆ। ਇਹਦੇ ਵਿੱਚ ਪਬਲਿਕ ਨੇ ਥੋੜ੍ਹੀ ਜਿਹੀ ਆਖਿਆ ਵੀ ਸਾਨੂੰ ਇਹ ਬਗੈਰ ਡੇਟੋ ਤੋਂ ਹੀ ਮਤਲਬ ਕਿਉਂ ਸੀਗਾ, ਇਹ ਫਿਰ ਕੰਫਰਮੇਸ਼ਨ 'ਤੇ ਸਾਨੂੰ ਪਤਾ ਲੱਗਾ ਵੀ ਮੁਕਤਸਰ ਤੋਂ ਬਣਦਾ ਸੀਗਾ, ਉਹਦੇ ਕਰਕੇ ਇਹ ਸੈਂਪਲ ਲਏ। ਪਲੱਸ ਨਾਲ ਸਬਜ਼ੀ ਬਣੀ ਹੋਈ ਸੀਗੀ, ਆਹ ਸਬਜ਼ੀ ਦਾ ਸੈਂਪਲ ਲਿਆਇਆ ਜੀ ਉੱਥੋਂ, ਅਤੇ ਇਹ ਨਾਲ ਆਪਣਾ ਰੋਟੀਆਂ ਉਹਨਾਂ ਦੀਆਂ ਜਿਹੜੇ ਲੰਗਰ ਹਾਲ ਦੇ ਵਿੱਚ ਵਰਤਾ ਰਹੇ ਸੀਗੇ, ਉੱਥੇ ਇਹ ਉੱਥੋਂ ਬਣ ਕੇ ਆਈਆਂ ਵਾ, ਇਹ ਮੁਕਤਸਰ ਤੋਂ ਬਣੀਆਂ ਸੀਗੀਆਂ, ਕੁਛ ਟਰਾਲੀਆਂ ਦੇ ਵਿੱਚ ਲੱਦ ਕੇ ਉਹਨਾਂ ਨੇ ਉੱਥੇ ਰੈਲੀ 'ਤੇ ਲੱਦੀਆਂ ਸੀਗੀਆਂ। ਪਬਲਿਕ ਨੇ ਇੱਥੇ ਇਹ ਪ੍ਰੋਬਲਮ ਆਈ, ਪਬਲਿਕ ਨੂੰ ਵੀ ਖੱਟੇ ਸੀਗੇ ਆਲੂ, ਉਹਦੇ ਕਰਕੇ ਉਹਨਾਂ ਨੇ ਸਾਰਾ ਥੱਲੇ ਸੁੱਟਣਾ ਸ਼ੁਰੂ ਕਰਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਖਾ ਕਿਉਂ ਨਹੀਂ ਰਹੇ, ਉਹ ਕਹਿੰਦੇ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਖਟਾਸ ਆ, ਬਿਮਾਰ ਹੋਣ ਦਾ ਖਤਰਾ, ਉਹਦੇ ਕਰਕੇ ਅਸੀਂ ਸਬਜ਼ੀ ਦਾ ਸੈਂਪਲ ਲੈ ਲਏ, ਜਿਹੜੀਆਂ ਰੋਟੀਆਂ ਸੀਗੀਆਂ ਰੋਲ ਬਣੇ ਸੀ ਉਹਨਾਂ ਦੇ ਸੈਂਪਲ ਲੈ ਲਏ। ਇਹ ਕੁਆਲਿਟੀ ਕੰਟਰੋਲ ਦੇ ਵਿੱਚ ਅਸੀਂ ਚੰਡੀਗੜ੍ਹ ਭੇਜਾਂਗੇ ਜੋ ਵੀ ਹੋਊਗਾ, ਅਤੇ ਇਹਦੇ ਰਿਪੋਰਟ ਆਉਣ ਦੇ ਉੱਤੇ ਇਹ ਕਾਰਵਾਈ ਅਸੀਂ ਤਾਂ ਆਪਣੀ ਜਿਹੜੀ ਰਿਪੋਰਟ ਹੈ ਮੁਕਤਸਰ ਜ਼ਿਲ੍ਹੇ ਨੂੰ ਸਬਮਿਟ ਕਰਾਂਗੇ, ਕਿਉਂਕਿ ਸਾਡੀ ਡਿਊਟੀ ਜਿਹੜੀ ਆ ਮੁਕਤਸਰ ਜ਼ਿਲ੍ਹੇ ਵਿੱਚ ਕਮਿਸ਼ਨਰ ਸਾਹਿਬ ਨੇ ਲਾਈ ਸੀਗੀ, ਜੋ ਵੀ ਇਹਦੀ ਰਿਪੋਰਟ ਆਊਗੀ ਫਰਦਰ ਕਾਰਵਾਈ ਸਾਰੀ ਮੁਕਤਸਰ ਜ਼ਿਲ੍ਹੇ ਨੇ ਕਰਨੀ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।